ਮੰਮੀ ਕੱਢਦੇ ਪਏ ਆ ਮੱਖਣ ਤੇ ਮਿਹਰ ਜਾਂਦੀ ਆ ਬਾਰ ਬਾਰ ਖਾਣ ਵੇਖਿਓ ਮੰਮਾ ਇਹਨੂੰ ਮਾਰੋ ਆਵਾਜ਼ ਫਿਰ ਇਹ ਹੋਰ ਪਾਸੇ ਲੱਗ ਗਈ ਕਿ ਅੱਗੇ ਤੋਤੇ ਵਾਲੀ ਖਾ ਗਈ ਆ ਲੈ ਗੁਰਮੇਰ ਆ ਜੀ ਆ ਗੁਰਮੇਰ ਆਓ ਮੱਖਣੀ ਖਾਓ ਆ ਮੱਖਣੀ ਖਾਓ ਚੱਲ ਗਈ ਆ ਗਈ ਆ ਗਈ ਆ ਗਈ ਆ ਗਈ ਓ ਯੋ ਹਾਏ ਓਏ ਵਾਨੀ ਫਿਰ ਫਿਰ ਆਏ ਫਿਰ ਆ ਜੋ ਆਪੇ ਆਏਗੀ ਫਿਰ ਆਉਂਗੀ कोई नहीं न्याने दी कोई झूठ ही नहीं हुंदी हाय जी मेरा मक्खन खाना भाग गया मम्मा पखवाल दे नहीं आ ओ दी खान दी आ आज वड्डी कर देनी इक्की वारी हुण नहीं जाए जाओ जा इदा कौन मक्खन खांदा हुंदा मम्मी जी मैं कवल होणी निक्के निक्के हुंदे ना इन वाले दुआले घूम बैठ जाणा मेरे हां आपरा मम्मा मक्खन आया नहीं रविंदर दीदी दिता नी आए नहीं क्यों नहीं देना आपे खा लेना उन्हें आपे खा लो कवल ले मक्खन खा ला ऐ मेरा मखनी खाना ओ देखी तो समा फड़ लेंदी मेरे बूट नहीं छड़दी मेरे कड़े छड़दी है के दे नहीं छड़दी की करदी गुज 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 ओए गुज 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 ए किया ओ किंदा बूट ले क्या चली जे चल चल बूट ना पाजी पाजा पाजा चल बूट ना पाजी मम्मी जी मेरी नहीं गल सुन दे मम्मी जी मेरी नहीं गल सुन दे तुही मम्मा तुही प्रीति नु मक्खन नहीं खवा लिया अपनी भूआ जी मक्खन नखरे करके आ गई मक्खन ने पचना ਹੁਣ ਮੱਖਣ ਪਚਾਉਗੀ ਆਨ ਮੰਮਾ ਇਹਨੂੰ ਗਰਾਨੀ ਚੜ ਜਾਣੀ ਜੇ ਨਹੀਂ ਕਿਤੇ ਗਰਾਨੀ ਚੜ ਜਾ ਅੱਜ ਦੀ ਨਾਨੀ ਨਹੀਂ ਆਉਣਾ ਮੁੜ ਕੇ ਉਹਨਾਂ ਦੇ ਸਾਹਮਣੇ ਗਲਾਟੇ ਖਾਂਦੀ ਫਿਰੂ ਹੁਣ ਨਹੀਂ ਦੇਣਾ ਭੱਜ ਜਾ ਚਲ ਜਾ ਮੰਮਾ ਮੱਖਣ ਖਾ ਲੈ ਜਾ ਕੇ ਮੱਖਣ ਖਾ ਲੋ ਮੱਖਣ ਮੱਖਣ ਖਾ ਲੋ ਵੱਡੀ ਮੰਮਾ ਕੋ ਮੱਖਣ ਖਾ ਲੋ ਹਾਂ ਹਾਂ ਆਈ ਆ ਗਈ ਆ ਗਈ है 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 ही नहीं नहीं खा की क्या तो नहीं उथे आंधी उथो लिया दो खान ले लो
ਹਾਂ ਹੁਣ ਮੰਮੀ ਦੀਆਂ ਸਾਰੀਆਂ ਉਂਗਲਾਂ ਮੱਖਣ ਵਾਲੀਆਂ ਹੋ ਗਈਆਂ ਆਏ ਆਏ ਕਹਿੰਦੇ ਕਹਿੰਦੇ ਬਾਬਾ ਨਾਨਕ ਕਿਤੇ ਗਿਆ ਸੀ ਤੇ ਪਤਾ ਨੀ ਕਿਸੇ ਨੇ ਸਟੋਰੀ ਕੋਈ ਸੁਣਾਉਂਦਾ ਹੁੰਦਾ ਕਿ ਆ ਬੱਚਿਆਂ ਵਾਲਾ ਘਰ ਬੱਚਿਆਂ ਵਾਲਾ ਘਰ ਕਿਸੇ ਨੇ ਬੱਚਿਆਂ ਵਾਲੇ ਘਰੋਂ ਪਾਣੀ ਨੀ ਲਿਆਂਦਾ ਕਿ ਉੱਥੇ ਨਾ ਝੂਠ ਮੀਠ ਬੱਚੇ ਹੱਥ ਮਾਰਦੇ ਆ ਬਾਬਾ ਜੀ ਨੇ ਕਿਹਾ ਕਿ ਨਹੀਂ ਉਸੇ ਘਰੋਂ ਲਿਆਓ ਹਾਂ ਇਸ ਲਈ ਬੱਚਿਆਂ ਦੀ ਕੋਈ ਝੂਠ ਨਹੀਂ ਹੁੰਦੀ ਨਾ ਇਹਦੇ ਪਿਓ ਨੂੰ ਤੇ ਫੁੱਫੜ ਨੂੰ ਘਾਲ ਚੜਾਂਗੇ ਮੱਖਣ ਵੱਖਰਾ ਰੱਖ ਲਾਂਗੇ ਮੱਖਣ ਹਟ ਜੂ ਮੱਖਣ ਖਾ ਲੋ ਚੱਲ ਗਈ ਸਾਰ ਲਾ ਕੇ ਮਧਾਣੀ ਵਰਤਣ ਨੂੰ ਜੀ ਕਰਦਾ ਨਾ ਜਿਹੜੀਆਂ ਲੰਮੀਆਂ ਲੰਮੀਆਂ ਬਾਹਾਂ ਮੰਮੀ ਉਹ ਮਧਾਣੀ ਕੀ ਕਹਿੰਦੇ ਆ ਫੜੇ ਇਹਨੂੰ ਮੰਮੀ ਜੀ ਉਹ ਮਧਾਣੀ ਨੂੰ ਕੀ ਕਹਿੰਦੇ ਹੁੰਦੇ ਸੀ ਉਹ ਮਧਾਣੀ ਲਿਆਓ ਹਾਂ ਕਿਤੇ ਬੜਾ ਜੀ ਕਰਦਾ ਮੰਮੀ ਚਾਟੀ ਵਾਲੀ ਮਧਾਣੀ ਉਹਦੇ ਨਾਲ ਕਸਰਤ ਕਿੰਨੀ ਹੁੰਦੀ ਆ ਇੱਕ ਵਾਰੀ ਕਰਕੇ ਦੱਸਿਓ ਕਿੱਦਾਂ ਕੱਢੀ ਦਾ ਸੀ ਮੱਖਣ ਉਹਦੇ ਨਾਲ ਮੰਮੀ ਉਹ ਬਣਾਓ ਕਵਲ ਆਪਾਂ ਫਿਰ ਦਿਖਾਵਾਂਗੇ ਸਾਰਿਆਂ ਦੇਸੀ ਚੀਜ਼ਾਂ ਲਿਆਉਣੀਆਂ ਸਾਰੀਆਂ ਆ ਬੱਤੀ ਵਾਲੀਆਂ ਛੱਡ ਦੇਣੀਆਂ ਸਾਰੀਆਂ ਕਿਉਂਕਿ ਬੱਤੀ ਵਾਲੀਆਂ ਚੀਜ਼ਾਂ ਪੇੜਾ ਕਰਕੇ ਕਰੀ ਜਾਣ ਡੀਆਂ ਵਾ ਜਿੰਨੇ ਸੁੱਖ ਲੈਣੀਆਂ ਚੀਜ਼ਾਂ ਆ ਜਾਂਦੀਆਂ ਓਨਾ ਹੀ ਬੰਦਾ ਜਿਹੜਾ ਨਾ ਦੁਖੀ ਹੋਈ ਜਾਣ ਡਿਆ ਤੇ ਮੰਮੀ ਜੀ ਉਹ ਮਧਾਣੀਆਂ ਮਿਲ ਜਾਣਗੀਆਂ ਹੁਣ ਤੇ ਹੋਰ ਬਣਵਾ ਲਈ ਠੀਕ ਆ ਫਿਰ ਆ ਫਿਰ ਪੱਕਾ ਜੇ ਓਕੇ ਤੇ ਫੇਰ ਆਪਾਂ ਉਹਦੇ ਨਾਲ ਛਮ ਛਮ ਦੁੱਧ ਰਿੜਕਿਆ ਕਰਾਂਗੇ ਹਨਾ ਵੈ ਰਿੜਕਿਆ ਕਰਾਂਗੇ ਵੀ ਹੁੰਦਾ ਵੀ ਉਹਦੇ ਨਾਲ ਬੜਾ ਮਜ਼ਾ ਆਉਂਦਾ ਹਾਂ ਮਾਮੀ ਮੇਰੀ ਅਜੇ ਤੱਕ ਰਿੜਕਦੀ ਹੈ ਨਾ ਹੁਸ਼ਿਆਰਪੁਰ ਵਾਲੀ ਹੈਗੀ ਉਹਨਾਂ ਕੋਲ ਹਾਂ ਉਹਨਾਂ ਬੱਤੀ ਵਾਲੀ ਵੀ ਹੈਗੀ ਦੂਜੀ ਵੀ ਹੈਗੀ ਅੱਛਾ ਅੱਛਾ ਤੇ ਉਹ ਨੌ ਦੀ ਫੇਰ ਰਿੜਕਣ ਡਿਆ ਵੀ ਹਾਂ ਠੀਕ ਆ ਹਾਏ ਮੇਹਰ ਕੋਠੇ ਤੇ ਨਹੀਂ ਚੜ ਗਈ ਉਧਰ ਲੱਸੀ ਬਹੁਤ ਪੀਂਦੇ ਹੁਸ਼ਿਆਰਪੁਰ ਵਾਲੇ ਅੱਛਾ ਉਹਨਾਂ ਲੱਸੀ ਚਾਟੀ ਦੀ ਬਣਾਉਣੀ ਹਾਂ ਨਹੀਂ ਉਹਦਾ ਮਜ਼ਾ ਹੀ ਬੜਾ ਆਉਂਦਾ ਹਨਾ ਦੁੱਧ ਰਿੜਕਣ ਦਾ ਉਹਦੇ ਨਾਲ ਹੁੰਦੀ ਹੈ ਇਹਨਾਂ ਦੀ ਚਾਸੀ ਲੱਥਦੀ ਆ ਹਾਂ ਚਾਸੀ ਲੱਥ ਲੱਥ ਕੇ ਅੱਡੇ ਅੰਦਰ ਜਾਂਦੀ ਹੈ ਮਾੜੀ ਆ ਮਾੜੀ ਆ ਹਨਾ ਨਾਲੇ ਹੱਥ ਇਹ ਦੇ ਨਾਲ ਥੱਕ ਜਾਂਦੇ ਨਾ ਹਾਂ ਨਹੀਂ ਫੁੱਕਣੀ ਦੀ ਤੇ ਕੋਈ ਗੱਲ ਨਹੀਂ ਤੇ ਚਾਸ ਮਾੜੀ ਆ ਦੇਸੀ ਤਰੀਕਾ ਮੱਖਣ ਕੱਢਣ ਦਾ ਮੰਮੀ ਜੀ ਕਈ ਜਨਾਨੀਆਂ ਹੱਥ ਨਾਲ ਵੀ ਮੱਖਣ ਕੱਢ ਲੈਂਦੀਆਂ ਇਦਾਂ ਹੀ ਉਹ ਨਹੀਂ ਚੰਗਾ ਲੱਗਦਾ ਮੈਨੂੰ ਐਂ ਕਰਕੇ ਨਹੀਂ ਸਹੀ ਲੱਗਦਾ ਇੱਕ ਚੀਜ਼ ਨੋਟ ਕਰੋ ਪਹਿਲਾ ਜ਼ਮਾਨਾ ਹੀ ਪੁਰਾਣਾ ਬਾਅਦ ਵਿੱਚ ਮੋਟਰਾਂ ਵਾਲੀਆਂ ਮਧਾਣੀਆਂ ਮਧੂਣੇ ਮਤਲਬ ਹਰ ਚੀਜ਼ ਜਿਹੜੀ ਪਹਿਲਾਂ ਹੀ ਪੁਰਾਣੇ ਜ਼ਮਾਨੇ ਤੋਂ ਐਡਵਾਂਸ ਜ਼ਮਾਨੇ ਤੇ ਆਏ ਤੇ ਹੁਣ ਫੇਰ ਕਰਨੇ ਐਡਵਾਂਸ ਜ਼ਮਾਨੇ ਤੋਂ ਅਸੀਂ ਫੇਰ ਪੁਰਾਣੇ ਤੇ ਜਾਂਦੇ ਆ ਕਿਉਂਕਿ ਉਹ ਸਹੀ ਹੀ ਇੱਕ ਚੀਜ਼ ਹੋਰ ਵੇਖ ਲਓ ਕੁਦਰਤ ਜਿਹੜੀ ਆ ਉਹ ਸਾਨੂੰ ਧੱਕੇ ਦੇ ਨਾਲ ਫਿਰ ਉਸ ਥਾਂ ਦੇ ਉੱਤੇ ਲੈ ਕੇ ਜਾਣ ਡਈ ਆ ਜਿਹੜੀਆਂ ਚੀਜ਼ਾਂ ਸਾਡੀਆਂ ਜੜਾਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਆਪ ਲੈ ਕੇ ਜਾ ਰਹੀ ਤੁਸੀਂ ਜਿੱਥੋਂ ਬਣੇ ਜੇ ਉਹਦਾ ਹੀ ਬਣ ਕੇ ਰਹੋ ਜੋ ਮਜ਼ਾ ਸਤਿ ਸ੍ਰੀ ਅਕਾਲ ਬੁਲਾਉਣ ਚ ਹੱਥ ਜੋੜ ਕੇ ਉਹ ਮਜ਼ਾ ਹੱਥ ਸੁੱਟਣ ਚ ਨਹੀਂ ਹੈਗਾ ਜੋ ਮਜ਼ਾ ਪੈਰੀ ਹੱਥ ਲਾਉਣ ਦੇ ਵਿੱਚ ਵਾ ਉਹ ਮਜ਼ਾ ਸਿੱਧਾ ਮੂੰਹ ਮੂੰਹ ਗੱਲ ਕਰਨ ਚ ਸਿੱਧਾ ਆਪਣਾ ਮੱਥਾ ਟੇਕਨੇ ਆ ਏਦਾਂ ਨਹੀਂ ਨਾ ਸਹੀ ਲੱਗਦਾ ਪੈਰੀ ਹੱਥ ਲਾ ਕੇ ਲਓ ਜੀ ਗੱਲਾਂ ਗੱਲਾਂ ਦੇ ਵਿੱਚ ਪਤਾ ਨੀ ਲੱਗਾ ਦੁੱਧ ਕਦੋਂ ਰਿੜਕਿਆ ਗਿਆ ਤੇ ਹੁਣ ਥੋੜੇ ਚਿਰਾਂ ਬਾਅਦ ਮੱਖਣ ਆਜੂਗਾ ਫਿਰ ਆਪਾਂ ਤੁਹਾਨੂੰ ਉਹ ਵੀ ਦਿਖਾਉਂਦੇ ਆ ਵੀ ਮੱਖਣ ਨਿੱਕੀ ਮਧਾਣੀ ਦੇ ਨਾਲ ਕਿਵੇਂ ਦਾ ਨਿਕਲਦਾ ਲਓ ਜੀ ਮੱਖਣ ਨਿਕਲ ਗਿਆ
ਨਿਕਲਿਆ ਨਹੀਂ ਅਜੇ ਅਜੇ ਨਿਕਲਿਆ ਨਹੀਂ ਮੱਖਣ ਭੱਜ ਗਿਆ ਨਿਕਲ ਗਏ ਨਿਕਲ ਗਿਆ ਲਓ ਜੀ ਗੁਰਮੇਹਰ ਨੂੰ ਆਹ ਮੱਖਣ ਖਵਾ ਲਿਆ ਹੀ ਨਹੀਂ ਦੋ ਦੋ ਅਜੇ ਨਿਕਲਣ ਨਹੀਂ ਡਿਆ ਉਹ ਹਲਕਾ ਮੱਖਣ ਹੀ ਹੈ ਨਾ ਆ ਗਈ ਜੇ ਆ ਗਈ ਹੈ ਮੰਮੀ ਆ ਗਈ ਜੇ ਅੱਜ ਮੱਖਣ ਹੀ ਖਾਏਗੀ ਵੀ ਖਾ ਕੇ ਜਾਂਦੀ ਇਹਨੂੰ ਗਜਾਉਣਾ ਵਾ ਅੱਗੇ ਕਰਨ ਨਹੀਂ ਖਾਂਦਾ ਹੈਗਾ ਫਿਰ ਆ ਗਈ ਚੱਲ ਭੱਜ ਜਾ ਹੁਣ ਖਾ ਕੇ ਆ ਜਾਂਦੀ ਉਸੇ ਵੇਲੇ ਫਿਰ ਗਾਈ ਦਾ ਮੱਖਣ ਪੀਲੇ ਰੰਗ ਦਾ ਵਧੀਆ ਹੁੰਦਾ ਵਾ ਅੱਗੇ ਮੱਝ ਦਾ ਹੁੰਦਾ ਸੀ ਮੱਝ ਹੁਣ ਗਈ ਆ ਭੱਜ ਮੇਰ ਕੀ ਕਰਦੀ ਆ ਮੰਮਾ ਜੀ ਉਹ ਮੂੰਹ ਸਵਾਰਨ ਦੀ ਫੇਰ ਲੱਗੇ ਖੋਨੇ ਤੈਨੂੰ ਠਹਿਰ ਜਾ ਚੱਲ ਗਈ ਲਓ ਜੀ ਮੱਖਣ ਨਿਕਲ ਕੇ ਹੋ ਗਿਆ ਤਿਆਰ ਤਿਆਰ